ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ 'ਚ। ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਹੀ ਕੌਮ ਇਨਸਾਫ ਮੋਰਚੇ ਦੇ ਮੈਂਬਰ ਉਹਨਾਂ ਨੂੰ ਹਸਪਤਾਲ 'ਚੋਂ ਲਿਜਾਣ ਲਈ ਪਹੁੰਚੇ ਨੇ ਅਤੇ ਪੁਲਿਸ ਦਾ ਕਾਫੀ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਅਤੇ ਉਹਨਾਂ ਨੇ ਮੀਡੀਆ ਜ਼ਰੀਏ ਗੱਲਬਾਤ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ ਉਹਨਾਂ ਨੂੰ ਲਿਜਾਣ ਲਈ ਹੀ ਆਏ ਸੀ ਪਰ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ। ਅਸੀਂ ਇੱਥੇ ਬਾਪੂ ਸੂਰਤ ਸਿੰਘ ਹੋਰਾਂ ਨੂੰ ਲੈਣ ਲਈ ਕੌਮੀ ਇਨਸਾਫ ਮੋਰਚੇ ਦੇ ਆਦੇਸ਼ ਤੇ ਪਹੁੰਚੇ ਆ ਔਰ ਉਹਨਾਂ ਦਾ ਆਦੇਸ਼ ਇਹ ਹੈ ਕਿ ਆਪਾਂ ਬਹੁਤ ਹੀ ਅਨੁਸ਼ਾਸਨ ਵਿੱਚ ਰਹਿ ਕੇ ਕੇਵਲ 5 ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਮੋਰਚੇ ਤੋਂ ਭੇਜੇ ਨੇ, ਕਿਉਂਕਿ ਲੁਧਿਆਣਾ ਬਹੁਤ ਭੀੜ ਭੜੱਕੇ ਵਾਲਾ ਸ਼ਹਿਰ ਹੈ ਤੇ DMC ਹਸਪੀਟਲ ਦੇ ਵਿੱਚ ਮਰੀਜ਼ ਪੂਰੇ ਪੰਜਾਬ ਤੋਂ ਨਹੀਂ ਬਲਕਿ ਗੁਆਂਢੀ ਰਾਜਾਂ ਤੋਂ ਵੀ ਆਉਂਦੇ ਆ। ਇੱਥੇ ਬਹੁਤ ਦੁਖਦਾਈ ਵਾਤਾਵਰਨ ਹੁੰਦਾ ਹੈ, ਲੋਕ ਤਕਲੀਫ 'ਚ ਹੁੰਦੇ ਆ, ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਸੀਂ ਇੱਥੇ ਬਾਪੂ ਸੂਰਤ ਸਿੰਘ ਹੋਰਾਂ ਨੂੰ ਲੈਣ ਪਹੁੰਚੇ ਹਾਂ। ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੋਂ 20-25 ਦਿਨ ਪਹਿਲਾਂ ਔਰ ਲਗਭਗ ਮਹੀਨਾ ਪਹਿਲਾਂ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੀ ਸਲਾਹ, ਉਹਨਾਂ ਦੀ ਬੇਨਤੀ ਅਤੇ ਉਹਨਾਂ ਦੇ ਆਦੇਸ਼ ਦੇ ਉੱਤੇ ਬਾਪੂ ਸੂਰਤ ਸਿੰਘ ਹੋਰਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਕਸਟਡੀ ਜਿਹੜੀ ਸੀਗੀ ਉਹ ਲਗਭਗ ਖਤਮ ਹੋ ਗਈ, ਲਗਭਗ ਕੀ ਪੂਰੀ ਤਰ੍ਹਾਂ ਖਤਮ ਹੋ ਗਈ। ਹਾਈ ਕੋਰਟ ਦੇ ਉਹ ਹੁਕਮ ਜਿਨ੍ਹਾਂ ਰਾਹੀਂ ਇੱਕ ਮਰਨ ਵਰਤ ਉੱਤੇ ਬੈਠੇ ਨਾਗਰਿਕ ਦੀ ਜ਼ਿੰਦਗੀ ਬਚਾਉਣਾ ਜ਼ਰੂਰੀ ਸੀ ਉਹ ਜਿਹੜੀ ਕੰਡੀਸ਼ਨ ਸੀ ਉਹ ਖਤਮ ਹੋ ਗਈ। ਉਸ ਤੋਂ ਬਾਅਦ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਔਰ ਮਾਨਯੋਗ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੰਗ ਪੱਤਰ ਅੱਜ ਤੋਂ 3 ਹਫ਼ਤੇ ਪਹਿਲਾਂ ਦਿੱਤਾ ਸੀ ਔਰ 1 ਹਫ਼ਤੇ ਦਾ ਸਮਾਂ ਦਿੱਤਾ ਸੀ। ਬਾਪੂ ਸੂਰਤ ਸਿੰਘ ਜੀ ਨਾਰਾਜ਼ ਸਨ ਕਿ ਤੁਸੀਂ 3 ਦਿਨ ਦਾ ਸਮਾਂ ਕਿਉਂ ਨਹੀਂ ਦਿੱਤਾ, ਮੈਂ ਉੱਥੇ ਜਾਣਾ ਚਾਹੁੰਦਾ। ਉਹ ਹਰ ਰੋਜ਼ 2-3 ਟੈਲੀਫੋਨ ਜਿਹੜੇ ਹੈਗੇ ਆ ਉੱਥੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਕਰਦੇ ਆ। ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਹੈਗਾ ਉਹ ਹਾਂ ਪੱਖੀ ਨਹੀਂ ਹੈ। ਸਰਕਾਰ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਇੱਥੋਂ ਛੱਡਿਆ ਜਾਵੇ ਜਾਂ ਜਾਣ ਦਿੱਤਾ ਜਾਵੇ। ਇਹ ਲੋਕਤੰਤਰ ਦੇ ਵਿੱਚ ਤਾਨਾਸ਼ਾਹੀ ਦਾ ਰਵੱਈਆ ਹੈ ਪਰ ਇਹਦਾ ਟਾਕਰਾ ਜਿਹੜਾ ਹੈਗਾ ਅਸੀਂ ਲੋਕਤੰਤਰਿਕ ਢੰਗ ਦੇ ਨਾਲ ਕਰਨ ਵਾਸਤੇ ਇੱਥੇ ਆਏ ਹਾਂ। ਕੇਵਲ 5 ਤਾਲਮੇਲ ਕਮੇਟੀ ਦੇ ਮੈਂਬਰ ਅੱਜ ਇੱਥੇ ਪਹੁੰਚੇ ਨੇ। ਅੱਗੋਂ ਪੁਲਿਸ ਪ੍ਰਸ਼ਾਸਨ ਦਾ ਕੀ ਹੁਕਮ ਹੈ, ਕੀ ਸਰਕਾਰ ਦਾ ਆਦੇਸ਼ ਹੈ ਇਹ ਉਹ ਦੱਸਣਗੇ। ਕੁਛ ਟੀਮ ਦੇ ਮੈਂਬਰ ਜਿਹੜੇ ਹੈਗੇ ਆ, ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਸਰਦਾਰ ਪਾਲ ਸਿੰਘ ਜੀ ਫਰਾਂਸ, ਉਹ ਉੱਥੇ ਪਹੁੰਚ ਚੁੱਕੇ ਆ ਅੰਦਰ 382 ਨੰਬਰ ਕਮਰੇ 'ਚ। ਮੇਰੇ ਨਾਲ ਐਡਵੋਕੇਟ ਦਲਸ਼ੇਰ ਸਿੰਘ ਜੀ ਨੇ, ਇਸੇ ਤਰ੍ਹਾਂ ਅੰਦਰ ਐਡਵੋਕੇਟ ਵਰਿੰਦਰ ਖਾਰਾ ਜੀ ਨੇ, ਸ਼ਹਿਰ ਦੇ ਮੌਜਿਜ ਸਨਅਤਕਾਰ ਤਰੁਣ ਜੈਨ ਬਾਵਾ ਜੀ, ਉਹ ਵੀ ਤਾਲਮੇਲ ਕਮੇਟੀ ਦੇ ਮੈਂਬਰ ਨੇ, ਉਹ ਵੀ ਉੱਥੇ ਅੰਦਰ ਨੇ ਬਾਪੂ ਸੂਰਤ ਸਿੰਘ ਹੋਰਾਂ ਕੋਲ। ਅਸੀਂ ਦੇਖੋ ਆਪ ਸਭ ਦੇ ਜ਼ਰੀਏ ਪੂਰੇ ਪੰਜਾਬ ਅਤੇ ਦੇਸ਼ ਦੁਨੀਆ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਕੋਲੋਂ, ਕੇਂਦਰ ਅਤੇ ਪੰਜਾਬ ਦੀ ਹਕੂਮਤ ਕੋਲੋਂ ਅਸੀਂ 9 ਬੰਦੀ ਸਿੰਘਾਂ ਦੀ ਰਿਹਾਈ ਲਈ, ਜਿਨ੍ਹਾਂ ਨੇ ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਇਨਸਾਫ ਲਈ, ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣ ਲਈ 1.5 ਮਹੀਨੇ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਮੋਰਚਾ ਲਾ ਕੇ ਬੈਠੇ ਹਾਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਰਾਤ ਨੂੰ ਹੁੰਦੇ ਆ ਔਰ ਲੱਖਾਂ ਦੀ ਗਿਣਤੀ 'ਚ ਦਿਨ ਵੇਲੇ ਪਹੁੰਚਦੇ ਆ। ਸੋ ਅਸੀਂ ਤੁਹਾਡੇ ਜ਼ਰੀਏ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸੰਵਿਧਾਨ ਨੂੰ ਪੈਰਾਂ ਵਿੱਚ ਰੋਲ ਰਹੇ ਹੋ, ਭਾਰਤ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਰਹੇ ਹੋ, ਫਿਰਕਾ ਪ੍ਰਸਤੀ ਦਾ ਨੰਗਾ ਨਾਚ ਨੱਚਦਿਆਂ ਹੋਇਆਂ ਸਿੱਖਾਂ ਦੇ ਨਾਲ ਅਨਿਆਂ ਕਰ ਰਹੇ ਹੋ। ਇਹ ਜਿਹੜੀ ਰਾਜਨੀਤੀ ਹੈ ਇਹ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਅੱਜ ਤੁਸੀਂ ਉਹਨਾਂ ਨੂੰ ਸੂਰਤ ਸਿੰਘ ਜੀ ਨੂੰ ਲੈ ਕੇ ਜਾ ਪਾਉਂਗੇ? ਬਿਲਕੁਲ ਪੂਰੀ ਤਰ੍ਹਾਂ ਯਕੀਨ ਹੈ। ਜੇ ਤਾਂ ਪੰਜਾਬ ਦੇ ਵਿੱਚ ਲੋਕਤੰਤਰ ਹੈ ਫਿਰ ਤਾਂ ਲੈ ਕੇ ਜਾਵਾਂਗੇ, ਜੇ ਤਾਨਾਸ਼ਾਹੀ ਹੈ, ਪ੍ਰਜਾਤੰਤਰ ਦੀ ਥਾਂ 'ਤੇ ਗੁੰਡਾਤੰਤਰ ਹੈ,
फिर असी नहीं ले जा सकते। सर उन्होंने बिल वगैरह सब कुछ क्लीयर कर दिए गए ने? देखो उन्होंने जेडे बिल है वो सरकार ने क्लीयर करने हैं, क्योंकि वो सरकार की कस्टडी के विच इत्थे उन्हां दा इलाज हो रहा सी, मानयोग हाई कोर्ट के आदेशों से हो रहा सी, ये बिल उन्होंने देने हैं। ईवन दैन जो बिल भी क्लीयर ना हो तो भी किसी को तुसी रॉन्गफुली रिसीव नहीं कर सकते, ये इलीगल डिटेंशन से रखा गया उन्होंने। इस गल नूं समझण की कोशिश करिए कि जो उन्होंने अपनी भूख हड़ताल तोड़न तो बाद किसी का कोई राइट नहीं बनता, खराब हो रहा ना तो हॉस्पिटल की एडमिनिस्ट्रेशन का ना पंजाब पुलिस का किसी बंद। जो आप कॉन्स्टिट्यूशन की गल करते हैं साडा मुल्क रूल ऑफ सोसाइटी ना चलना है, राइट टू मूवमेंट हैगी है, साड़ी लाइफ टू लिबर्टी आ, मेरी मर्जी है मैं कितने जाना, मेरा इलाज मैं प्रॉपर फिट हाँ तो मैनू कौन डक सकता। जे अज ये डकनगे यदा मतलब कि वह साडे जिहड़े कॉन्स्टिट्यूशनल राइट्स ने लाइफ टू जिहड़ा असी मूवमेंट की गल करते हैं जां स्पीच की गल करते हैं वो ये कटेल करते हैं, जिहड़ा साडे कॉन्स्टिट्यूशनल राइट्स कटेल करेगा उस तो वड्डा दोषी कौन हो सकता डेमोक्रेटिक कंट्री च। अज हुण असी इत्थे पहुंचे एक बार सानू गलबात कर लैंदे हो, जिदा की भी कोई गल होएगी असं तक दसेंगे सर जानू दसो पबलिक पबलिक प्लेस से कौन सिक्योरिटी तो डक लेगा, ये किदा की गल करते हैं कि तुम सानू जा पाओगे कि नहीं जा पाओगे। एक मरीज को जाना है असं उन्होंने मिलना है लैके आना तो सानू डक कौन सकता है। तो उन्होंने कहना है कि हस्पताल च भी उन्होंने बंदी बना के रखा गया है, तो इस तो इलावा उन्होंने सरकार उसका दोषी भी मनिया है।